वाहेगुरू जी का खालसा वाहेगुरू जी की फतेह। सो गुरु सवारी साहब संगत जीओ नगर कीर्तन परिक्रमा के दौरान अपने तीसरे पड़ाव ते पहुँच चुकिया है। गुरद्वारा सिंह सभा साहिब विखे सो बेनती है संतान के प्रबंधक वीर ने बैठन का ते गुरु के लंगर का प्रबंध किया होया है। सो आप आराम दे नाल बैठिए।
ਤੇ ਬੀਬੀ ਸੁਮਨਦੀਪ ਕੌਰ ਖਾਲਸਾ ਚੰਡੀਗੜ੍ਹ ਵਾਲੀਆਂ ਬੀਬੀਆਂ ਦਾ ਜੋ ਢਾਡੀ ਜਥਾ ਹੈ ਪਹੁੰਚਿਆ ਹੋਇਆ ਹੈ ਜਿਹੜਾ ਸੰਤਾਂ ਨੂੰ ਲੜੀਵਾਰ ਗੁਰ ਇਤਿਹਾਸ ਦੇ ਨਾਲ ਜੋੜੇਗਾ ਸੋ ਪਿਆਰ ਦੇ ਨਾਲ ਆਰਾਮ ਨਾਲ ਬੈਠ ਕੇ ਆਪਾਂ ਇਤਿਹਾਸ ਸਰਵਣ ਕਰਨ ਦੀ ਕਿਰਪਾਲਤਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Thank you.
ਵਾਹਿਗੁਰੂ ਜੀ ਸਤਿਗੁਰਾਂ ਦੀ ਪਾਠ ਤੇ ਵਾਹਿਗੁਰੂ ਗੁਰੂ ਰੂਪ ਗੁਰੂ ਪਿਆਰੀ ਕੋਰਿਆਂ ਦੇ ਲਾਹਾ ਤੁਮਾਰੇ ਸਭ ਸਤਿ ਜੀਓ ਬੜੇ ਜਿਹੇ ਪਾਣੇ ਪਾਈ ਜੋ ਅੱਜ ਆਪਾਂ ਸ਼ਹੀਦਾਂ ਦੇ ਸਰਕਾਰ ਗੁਰੂ ਨਾਨਕ ਜੀ ਪੱਛਮੀ ਜੋਤ ਸਾਹਿਬ ਦੇ ਕਪਾਲ ਪੱਠ ਪਾਸ਼ਾ ਮਾਰ ਜੀ ਤਾਤਾ ਸਾਹਿਬ ਜੀ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਮਹਾਰਾਜ ਜੀ ਲਾਸ਼ਾਨੀ ਸ਼ਹਾਦਤ ਨੂੰ ਯਾਦ ਕਰਦੇ ਆ ਉਹਨਾਂ ਦੀ ਯਾਦ ਦੇ ਵਿੱਚ ਜੁੜੇ ਆ ਸ਼ਹੀਦੀ ਪਰਵ ਮਨਾਉਣ ਦਾ ਸਾਨੂੰ ਜਿਹੜਾ ਸੁਭਾਗ ਸਤਿਗੁਰੂ ਪਾਸ਼ਾ ਮਹਾਰਾਜ ਨੇ ਬਖਸ਼ ਕੀਤਾ ਹੈ ਆਓ ਫਤਿਹ ਦੀ ਸਾਂਝ ਪਾਈਏ ਮੁੱਖ ਮੰਤਰੀ ਫਤਿਹ ਬੋਲੇ ਤਾਂ ਮੈਦਾਨ ਫਤਿਹ ਹੋਵੇ ਹੁਣ
ਚੜਾਇਆ ਤੈਨੂੰ ਸਭ ਤੇ ਸਿਪਾਹੀ ਤਨ ਮਨ ਸ਼ੁੱਧ ਹੋਵੇ ਰਸਨਾ ਪੁਨੀਤ ਹੋਵੇ ਫਤਿਹ ਨੂੰ ਪੁਚਾਰ ਖੁਸ਼ੀ ਗੁਰਾਂ ਦੀ ਇਹ ਪਾਈ ਦੀ ਆਪੇ ਪੜੀ ਵਾਲਾ ਸਦਾ ਨਾਮ ਰੱਖੋ ਖਾਲਸਾ ਜੀ ਪਰ ਕਦੇ ਢਿੱਲੀ ਨਾ ਨਹੀਂ ਪੰਦੇ ਅੱਜ ਦੇ ਬਾਰੇ ਦੀ ਆ ਗੁਰ ਪਿਆਰੋ ਬੈਠੋ ਸੱਚ ਕੇ ਤੇ ਆਖੋ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਧੰਨਵਾਦ।
बड़ी देर लगा दी है, बड़ी भूख लगी है तेरे पुत्र को। माता गंगा जी ने जो प्यार देखा तो गुरु परबल अखां दे विच नीर बह तुरिया। माता जी ने काली दे नाल ओ जिहड़ा छापा खोलिया ते बाबा बुढ़ा जी दे अगे जो प्रशादा जिहड़ा पेश कर दिता। बाबा बुढ़ा जी प्रशादा जो छकन लगे ने ना, एक हाथ से प्रशादा रखिया है ते दूजे हाथ दे नाल गंढा गुरु परबल चकिया है।
ਤਾਂ ਉਸ ਅਕਾਲ ਪੁਰਖ ਦੀ ਕਿਰਪਾ ਹੋਈਏ ਕਿਉਂਕਿ ਬ੍ਰਹਮ ਗਿਆਨੀ ਨੇ ਤਤ ਬੇਤੇ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਮੁੱਖ ਦੇ ਵਿੱਚੋਂ ਬਚਨ ਨਿਕਲਦੇ ਨੇ ਜਦੋਂ ਪ੍ਰਸ਼ਾਦਾ ਛਕਣ ਲੱਗਦੇ ਨੇ ਇੱਕ ਹੱਥ ਦੀ ਹਥੇਲੀ ਦੇ ਉੱਤੇ ਗੰਢਾ ਰੱਖ ਕੇ ਦੂਜੇ ਹੱਥ ਦੇ ਨਾਲ ਜਦੋਂ ਇਹ ਗੰਢੇ ਨੂੰ ਮਲਿਆ ਨਾ ਜਦੋਂ ਗੰਢਾ ਭੰਨਣ ਲੱਗੇ ਨਾ ਤਾਂ ਮੁੱਖ ਦੇ ਵਿੱਚੋਂ ਸੁਭਾਵਕ ਨਿਕਲ ਬਚਨ ਨਿਕਲ ਗਏ ਕਹਿੰਦੇ ਮਾਂ ਜਿਹੜਾ ਤੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਜਿਵੇਂ ਇਹ ਗੰਢੇ ਦਾ ਮੈਂ ਸਿਰ ਵਸ ਲਿਆ ਨਾ ਇਸੇ ਤਰ੍ਹਾਂ ਤੇਰੇ ਘਰ ਦੇ ਵਿੱਚ ਪੁੱਤਰ ਪੈਦਾ ਮੈਂ ਹੋਣ ਵਾਲਾ ਉਹ ਜ਼ੁਲਮਾਂ ਦਾ ਇਸੇ ਤਰ੍ਹਾਂ ਗੱਡਾ ਤੇ ਵਾਂਗੂ ਜਿਹੜਾ ਨਾਸ਼ ਕਰਕੇ ਰੱਖ ਦੇਵੇਗਾ ਆਪਣੇ ਸਤਨਾਮ ਇਸੇ ਤਰ੍ਹਾਂ ਜਾਲਮਾਂ ਦੇ ਸਿਰ ਭੰਨੇਗਾ ਆਓ ਗੁਰੂ ਪਿਆਰ ਵਾਲਿਓ ਜਿਵੇਂ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਨੂੰ ਕੁਝ ਉਹ ਬਚਨ ਸੁਣਾਉਂਦੇ ਨੇ ਉਹ ਦਾਤ ਬਖਸ਼ਿਸ਼ ਕਰ ਰਹੇ ਨੇ ਆਓ ਉਹਨਾਂ ਲੈਣਾਂ ਨੂੰ ਅਲਗੋਜਿਆਂ ਦੇ ਰੂਪ ਦੇ ਵਿੱਚ ਮੇਰੇ ਸਾਥੀਆਂ ਕੋਲੋਂ ਸੁਣ ਕੇ ਚੱਲਦੇ ਹਾਂ ਘਰ ਵਿੱਚ ਭਾਗ ਲਗਾ ਦੇਣੇ।
ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਨੇ ਕਿਉਂਕਿ ਅੱਜ ਔਰਤ ਦਾ ਜਿਹੜਾ ਗਹਿਣਾ ਹੈ ਔਰਤ ਦਾ ਸ਼ਿੰਗਾਰ ਹੈ ਉਹਦੀ ਅੱਜ ਦਾਤ ਪ੍ਰਾਪਤ ਹੋ ਗਈ ਹੈ। ਅੱਜ ਇੱਕ ਮਨ ਦੇ ਅੰਦਰ ਆਸ ਬੱਝੀ ਗਈ ਹੈ ਕਿ ਮੈਂ ਇਸ ਜਹਾਨ ਤੋਂ ਉਤਰੀ ਨਖਤਰੀ ਨਹੀਂ ਜਾਵਾਂਗੀ, ਮੇਰੀ ਝੋਲੀ ਵੀ ਔਲਾਦ ਦੇ ਨਾਲ ਭਰ ਜਾਵੇਗੀ। ਐਸੇ ਵਰ ਐਸੇ ਗੁਰੂ ਪਿਆਰ ਵਾਲੇ ਦਾਤ ਪ੍ਰਾਪਤ ਕਰਕੇ ਜਿਹੜਾ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਅਵਤਾਰ ਇਸ ਦੁਨੀਆਂ ਤੇ ਹੁੰਦਾ ਹੈ, ਬੜੀ ਵੱਡੀ ਕਮਾਈ ਹੈ ਮਾਤਾ ਗੰਗਾ ਜੀ ਦੀ, ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ ਬੜੀ ਵੱਡੀ ਕਮਾਈ ਹੈ। ਤਾਂ ਹੀ ਇਹੋ ਜਿਹਾ ਸਾਹਿਬਜ਼ਾਦਾ ਜਿਹੜਾ ਬਾਬਾ ਬੁੱਢਾ ਜੀ ਦੇ ਬਚਨਾਂ ਤੋਂ ਹੋਇਆ ਹੈ। ਤੇ ਆਓ ਗੁਰੂ ਪਿਆਰ ਵਾਲਿਓ, ਇੱਥੇ ਜਿਹੜਾ ਸਮਾਂ ਸਮਾਪਤ ਹੈ, ਅਗਲਾ ਇਤਿਹਾਸ ਜਿਹੜਾ ਅਗਲੇ ਪੜਾਅ ਤੇ ਆਓ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ। ਉਦੋਂ ਤੱਕ ਲਈ ਇਜਾਜ਼ਤ ਦਿਓ ਖਿਮਾ ਦੇ ਜਾਜਕਾਂ, ਤੇ ਮੈਂ ਆਪ ਸਰਬੱਤ ਸੰਗਤਾਂ ਦਾ ਧੰਨਵਾਦ ਕਰਦੀ ਹਾਂ। ਭਾਣੇ ਦੇ ਅੰਦਰ ਰਹਿ ਕੇ ਆਪਣੇ ਤਨ ਤੇ ਗੁਰੂ ਪਿਆਰ ਵਾਲੇ ਦੁੱਖ ਸਹਾਰ ਕੇ ਉਹਨਾਂ ਨੇ ਸਾਨੂੰ ਜੀਵਨ ਜਿਉਣਾ ਦੱਸਿਆ ਹੈ, ਤੇ ਅੱਜ ਅਸੀਂ ਵੀ ਲਾਇਕ ਧੀ ਪੁੱਤਰ ਹੋਣ ਦਾ ਅਸੀਂ ਸਬੂਤ ਦੇ ਰਹੇ ਹਾਂ। ਸੋ ਆਓ ਗੁਰੂ ਪਿਆਰ ਵਾਲਿਓ, ਅਗਲੇ ਪੜਾਅ ਤੇ ਅਸੀਂ ਅਗਲਾ ਇਤਿਹਾਸ ਜਿਹੜਾ ਸ਼ਹਾਦਤ ਦਾ ਤੁਹਾਡੇ ਨਾਲ ਸਾਂਝਾ ਕਰੇ। ਮੇਰੇ ਨਾਲ ਸੇਵਾ ਕਰ ਰਹੇ ਸਨ ਬੀਬੀ ਜਸਕੀਰਤ ਕੌਰ ਜੀ ਖਾਲਸਾ, ਸੰਗੀਤ ਤੇ ਸੇਵਾ ਕਰਨ ਭਾਈ ਹਰਵਿੰਦਰ ਸਿੰਘ ਜੀ ਖਾਲਸਾ ਦਾਸ, ਤੁਹਾਡੀ ਆਪਣੀ ਬੱਚੀ ਤੁਹਾਡੀ ਛੋਟੀ ਭੈਣ ਬੀਬੀ ਸੁਮਨਦੀਪ ਕੌਰ ਖਾਲਸਾ ਚੰਡੀਗੜ੍ਹ ਵਾਲੀਆਂ ਬੀਬੀਆਂ ਦੇ ਜਥੇ ਨੂੰ ਦਿਓ ਇਜਾਜ਼ਤ ਅਗਲੇ ਪੜਾਅ ਤੇ ਤੁਹਾਡੇ ਨਾਲ ਜਿਹੜਾ ਅਗਲਾ ਇਤਿਹਾਸ ਸਾਂਝਾ ਕਰਾਂਗੇ ਉਦੋਂ ਤੱਕ ਵੀ ਦਿਓ ਇਜਾਜ਼ਤ। ਆਖੋ ਜੀ ਬੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਸੇ ਤਰ੍ਹਾਂ ਸੰਤਾਂ ਦੇ ਭਾਈ ਕਿਸੇ ਨਹੀਂ ਕਿਸੇ ਨਹੀਂ ਬੋਲਣਾ ਹੈ। ਤੁਮਾਰੀ ਸਾਰੇ ਨਾ ਤੁਮਾਰੀ ਆਸਾ।
बड़ी श्रद्धा के नाल प्यार दे नाल बैठ के छकीए भी ते गुरु ग्रंथ नाल सांझ पाई बीबी सुगंधी कौर खालसा स्वापा बड़े प्यार दे नाल सरवण करन दी कृपालता करिए जी। वाहेगुरु जी का खालसा वाहेगुरु जी की फतेह। ਕਿ ਆਗੇ ਜਿਹੜੇ ਸਮਾਗਮ ਹਨ ਇਹਨਾਂ ਦੀ ਕਵਰੇਜ
जरूर की जावे ता वीर एक हूं ते जदे हाजिर हो गए ने बहुत धन्यवाद उन्हां दा लंगर दा प्रबंध करने वाले वीरां नूं बेनती है कि भाई गुरु घर की जिहड़ी बख्शिश है लैण की कृपालता कर बोले सोने हाल सत हम बेनती करिए जगतार सिंह कढाणी जिन्हों का यूट्यूब चैनल है जो टीआर जिसे आप सारे अपने इलाके के प्रोग्राम जोड़े वो देख सकते हैं ये नगर कीर्तन का जोड़ा प्रोग्राम है वह भी वो दिखाया जाएगा बोले सोने हाल सत श्री ने इसे तरह प्यार बनाए रखना इस तरह गुरु के जान की कृपालता करिए जी वाहेगुरु जी का खालसा वाहेगुरु जी की फतेह।